ਮੈਂ ਈਵੀਐਮ ਬਾਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਬਿਹਾਰ ਦੀ ਇਲੈਕਸ਼ਨ ਦੇ ਵਿੱਚ ਕੀ ਹੋਇਆ ਗਰਾਊਂਡ ਦੇ ਉੱਪਰ ਇਹੋ ਜਿਹੀ ਹਾਲਤ ਸੀ ਕਿ ਜਿਹੜਾ ਲਾਲੂ ਪ੍ਰਸ਼ਾਦ ਯਾਦਵ ਦਾ ਮੁੰਡੇ ਦੀ ਸਰਕਾਰ ਨਿਰੋਲ ਬਣ ਰਹੀ ਸੀ ਪਰ ਇਹਨਾਂ ਨੇ ਧੋਖੇ ਨਾਲ ਈਵੀਐਮ ਦੀ ਆੜ ਦੇ ਵਿੱਚ ਧੋਖੇ ਨਾਲ ਬਿਹਾਰ ਦੇ ਵਿੱਚ ਕੀ ਦੇਸ਼ ਦੇ ਵਿੱਚ ਵੀ ਉਹਨੂੰ ਲਾਗੂ ਜਿਸ ਤਰ੍ਹਾਂ ਵੀਰ ਨੇ ਆਹ ਬੋਲਿਆ ਹੋਣਾ ਉਹਨੂੰ ਮੈਂ ਰਿਪੀਟ ਇਸੇ ਗੱਲ ਕਰਕੇ ਕਰਨਾ ਚਾਹੁੰਦਾ ਕਿਉਂਕਿ ਵੋਟਾਂ ਚਾਹੀਦੀਆਂ ਨੇ ਲੋਕਾਂ ਦੀਆਂ ਜੇ ਲੋਕਾਂ ਨੂੰ 10 ਲੱਖ ਲੋਕਾਂ ਦੇ ਮਾਂਗਰ 10 ਲੱਖ ਪਰਿਵਾਰ ਹੈ ਇਹਨਾਂ ਦੇ ਉਹ ਗਿਣਤੀ ਇਕੱਲੇ ਪੰਜਾਬ ਸਟੇਟ ਨਾਲ ਸੰਬੰਧਿਤ ਨਹੀਂ ਚਾਹੇ ਹਰਿਆਣਾ ਚਾਹੇ ਭਾਰਤ ਦੇ ਵੱਖ ਵੱਖ ਨੇ ਇਸੇ ਤਰ੍ਹਾਂ ਹੀ ਰਾਜਸਥਾਨ 'ਚ ਇਹਨਾਂ ਨੇ ਕੀਤਾ ਉੱਥੇ ਵੀ ਇਹਨਾਂ ਨੇ ਈਵੀਐਮ ਦੀ ਆੜ ਦੇ ਵਿੱਚ ਹੁਣ ਵੀ ਇਹ ਆਸਰਾ ਇਹਨਾਂ ਨੂੰ ਲੈ ਕੇ ਵੀ ਸ਼ਾਇਦ 2022 ਦੇ ਵਿੱਚ ਵੀ ਕਾਰਨ ਕੀ ਮੋਦੀ ਡਿਕਟੇਟਰ ਬਣ ਚੁੱਕੇ ਡਿਕਟੇਟਰ ਕਿਹਦੇ 'ਚ ਡੈਮੋਕ੍ਰੇਸੀ 'ਚ ਡੈਮੋਕ੍ਰੇਸੀ ਦੀ ਆੜ ਦੇ ਵਿੱਚ ਡਿਕਟੇਟਰਸ਼ਿਪ ਲਾਗੂ ਕਰ ਰਿਹਾ ਬਿਲਕੁਲ ਜਿਸ ਤਰ੍ਹਾਂ ਇਹਨੂੰ ਪੱਛਮੀ ਮੁਲਕਾਂ ਨੇ ਪਹਿਲਾਂ ਹੀ ਰੱਦ ਕਰਤਾ ਹੁਣ ਤਾਂ ਇੱਥੇ ਜਿਹੜਾ ਕਵਾੜ ਹੈ ਉਹ ਇੱਥੇ ਲਿਆ ਕੇ ਲਾਗੂ ਕੀਤਾ ਜਾਂਦਾ ਆਹੀ ਕਾਲੇ ਕਾਨੂੰਨ ਜਿਹੜੇ ਉੱਥੇ ਲਾਗੂ ਕਰੇ ਨੇ ਉਹ ਪਹਿਲਾਂ ਮੁਲਕਾਂ ਨੇ ਰੱਦ ਕਰਤੇ ਬਾਹਰ ਲੈਣੇ ਅਮਰੀਕਾ ਵਗੈਰਾ ਨੇ ਇਹਨਾਂ ਨੂੰ ਰੱਦੀ ਛਿੜਤਾ ਉਸ ਤਰ੍ਹਾਂ ਈਵੀਐਮ ਨੂੰ ਵੀ ਜਿੰਨਾ ਚਿਰ ਈਵੀਐਮ ਠੀਕ ਹੈ ਹੰਕਾਰ ਵਧਿਆ ਹੋਇਆ ਉਹਨੂੰ ਐਂ ਲੱਗਦਾ ਵੀ ਮੈਂ ਸ਼ਾਇਦ ਈਵੀਐਮ ਦੇ ਨਾਲ ਜਿਸ ਤਰ੍ਹਾਂ ਵੀਰ ਨੇ ਭੁਲੇਖਾ ਕੱਢਿਆ ਵੀ ਇਹਦਾ ਹੰਕਾਰ ਤੋੜਨ ਦੀ ਜਿਸ ਤਰ੍ਹਾਂ ਇਹਨਾਂ ਨੇ ਵਨਮੈਨ ਦੀ ਸਰਕਾਰ ਚਲਾਉਣ ਦੀ ਕੋਸ਼ਿਸ਼ ਕਰੀ ਹੈ ਚਾਹੇ ਉਹ ਨੋਟਬੰਦੀ ਹੋਵੇ ਜਾਂ GST ਹੋਵੇ ਜਾਂ